ਸਤਿ ਸ਼੍ਰੀ ਅਕਾਲ ਮਿੱਤਰੋ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਵਾਲੀ ਵੀਡੀਓ ਹੋਣ ਵਾਲੀ ਹੈ 50 ਤੀਹ 'ਤੇ। ਅਤੇ ਦੇਖੋ ਬਾਈ ਹੁਣੇ ਨਵਾਂ ਹੀ ਕਢਾ ਕੇ ਲਿਆਏ ਆ, ਅਤੇ ਹਜੇ ਤਾਂ ਹਾਰ ਹੂਰ ਵੀ ਨਹੀਂ ਉਤਰੇ। ਅਤੇ ਆਹ ਤਿਰੰਗੇ ਦਾ ਸਾਈਨ ਬਣਾਇਆ ਹੋਇਆ, ਗ੍ਰੀਨ ਰੈੱਡ ਵਾਈਟ, ਅਤੇ ਹਾਰ ਪਾਇਆ ਮੂਹਰੇ। ਇਹ 50 ਤੀਹ 4x4। ਅਤੇ ਬਾਈ ਹੁਣ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਦੇ ਹਾਂ, ਅਤੇ ਬਾਕੀ ਜਿਹੜੇ ਦੇ ਫੰਕਸ਼ਨ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ 50-20 ਤੋਂ ਬਾਅਦ ਕਿਹੜੇ ਕਿਹੜੇ ਫੰਕਸ਼ਨ ਇਹਦੇ ਵਿੱਚ ਆਏ ਨੇ, ਕਿਉਂਕਿ ਇਹ 50। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਬਾਈ? ਵਧੀਆ ਵਧੀਆ ਬਾਈ ਜੀ। ਤੇ ਫਿਰ 50-30 50-20 ਬਾਰੇ ਨਹੀਂ ਸੋਚਿਆ ਸੀਗਾ? ਨਹੀਂ ਜੀ, 30 ਸਾਡੇ ਕੋਲੇ ਬੇਲਰ ਹੈ ਜੀ, ਰਾਊਂਡ ਬੇਲਰ ਹੈ, ਇੱਕ ਦੂਜਾ ਸਕੇਅਰ ਹੈਗਾ। ਹਾਂਜੀ, ਉਹਦੇ ਲਈ ਫਿਰ ਘੱਟੋ ਘੱਟ 75+ HP ਚਾਹੀਦੀ ਸੀ। ਠੀਕ ਹੈ ਜੀ, ਤੇ ਤਾਂ ਕਰਕੇ ਫਿਰ ਬਾਈ ਜੀ ਅਸੀਂ ਤਾਂ ਫਿਰ 75 HP ਦੇ ਵਿੱਚ ਇਹ ਲਿਤਾ। ਠੀਕ ਹੈ, ਤੇ ਆਪਾਂ ਮਤਲਬ ਗੱਠਾਂ ਵਾਲੀ ਵਾਸਤੇ ਚਲਾਉਣਾ ਬਾਈ ਇਹ? ਹਾਂਜੀ ਹਾਂ। ਤੇ ਹੋਰ ਹੋਰ ਇੱਕ ਹੁਣ ਮੱਕੀ ਦੇ ਆਚਾਰ ਦੀ ਸ਼ੁਰੂ ਕਰਾਂਗੇ ਜੀ ਆਪਾਂ। ਠੀਕ ਹੈ ਜੀ, ਫਿਰ ਮਸ਼ੀਨ ਆਪਾਂ ਲੈ ਲਈ ਜਾਂ ਲੈਣੀ ਆ? ਉਹ ਵੀ ਲੈਣੀ ਆ ਜੀ। ਕਿਹੜੀ ਮਸ਼ੀਨ ਸੋਚਿਆ? ਰੈਡ ਦੀ ਸੋਚ ਰਹੇ ਹਾਂਗੇ। ਅੱਛਾ ਜੀ, ਉਹ ਕਹਿੰਦੇ ਵੀ ਡਿਲੀਵਰੀ ਥੋੜੀ ਲੇਟ ਹੋਣੀ ਹੈਗੀ। ਠੀਕ ਹੈ ਜੀ, ਤੇ ਤਾਂ ਕਰਕੇ ਬਾਕੀ ਹੋਰ ਦੇਖਦੇ ਹਾਂ ਜੇ ਕੋਈ ਹੋਰ ਠੀਕ ਲੱਗੀ ਜਾ ਸਕੇ ਮਿਲਦੀ। ਫਿਰ ਮਤਲਬ ਨਿਊ ਹਾਲੈਂਡ ਬਾਰੇ ਕਿਉਂ ਕਿਵੇਂ ਵੀ ਸੋਚਿਆ? ਪਹਿਲਾਂ ਤੋਂ ਹੀ ਵੀਰੇ, ਪਹਿਲਾਂ ਤੋਂ 1999 ਮਾਡਲ ਤੋਂ ਲੈ ਕੇ ਪਹਿਲਾਂ ਤੋਂ ਹੀ ਨਿਊ ਹਾਲੈਂਡ ਚਲਾਉਂਦੇ ਆਉਂਦੇ ਆ। ਤੇ ਬਾਈ ਹੁਣਾਂ ਦਾ ਇੱਕ ਉਹ ਖੜਾ ਦੇਖੋ, ਨਿਊ ਹਾਲੈਂਡ 37 ਸੁਪਰ, ਤੇ ਬਾਈ ਹੁਣੀ ਕੰਮ ਕਰਦੇ ਸੀ, ਤੇ ਆਪਾਂ ਅੱਧ ਵਿਚਾਲੇ ਜਾ ਕੇ ਰੋਕ ਲਏ। ਤੇ ਪਹਿਲਾਂ ਤੁਸੀਂ ਹੁਣ ਜਿਵੇਂ 1999 ਦੀ ਗੱਲ ਕਰਦੇ ਸੀ, ਪਹਿਲਾਂ ਫਿਰ ਆਪਾਂ ਕਿਹੜਾ ਲਿਆ ਸੀਗਾ? ਪਹਿਲਾਂ ਜੀ ਆਪਣਾ ਫੋਰਡ 37 ਸਿੱਧੇ ਮਗਰੈਟਾਂ ਵਾਲਾ, ਮੇਡ ਇਨ ਜਰਮਨੀ, ਜਿਹੜੇ ਬਾਹਰੋਂ ਆਉਂਦੇ ਸੀ। ਠੀਕ ਹੈ ਜੀ, ਉਹ ਸੀਗਾ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ 2013 ਦੇ ਵਿੱਚ ਉਹ ਲੈ ਲਿਆ। ਠੀਕ ਹੈ ਜੀ, ਤੇ ਫਿਰ ਪਿਛਲੇ ਸਾਲ ਇੱਕ ਨਾਲ ਮੇਰਾ ਪਾਰਟਨਰ ਆ, ਉਹਦੇ ਨਾਲ 50-30 ਅਸੀਂ 2001 ਮਾਡਲ, ਠੀਕ ਹੈ ਜੀ, ਜਰਮਨੀ ਮੇਡ, ਠੀਕ ਹੈ, ਉਹ ਘਰੇ ਖੜਾ ਗਾ, ਉਹ ਲਿੱਤਾ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਇੱਕ ਆ ਲਿੱਤਾ। ਠੀਕ ਹੈ ਜੀ, ਤੇ ਹੁਣ ਤਾਂ ਹੀ ਉਹ ਮਸ਼ੀਨ ਵੀ ਕਹਿੰਦੇ ਵੀ ਆਪਾਂ ਹਾਲੈਂਡ ਦੀ ਲਈ ਹੈ। ਹਾਲੈਂਡ ਨਾਲ ਫਿਰ ਜ਼ਿਆਦਾ ਪਿਆਰ ਆ ਜੀ, ਜਿਹੜਾ ਫੈਨ ਉਹ ਕੱਟੜ ਪੂਰੇ ਹੀ ਪੂਰੇ। ਠੀਕ ਹੈ ਜੀ, ਮਤਲਬ ਕਿਹੜੀ ਚੀਜ਼ ਵਧੀਆ ਲੱਗਦੀ ਆ ਹਾਲੈਂਡ ਟਰੈਕਟਰ ਦੀ? ਹਾਲੈਂਡ ਸਾਰਾ ਕੁਝ ਹੀ ਵਧੀਆ, ਇੱਕ ਤਾਂ ਸਭ ਤੋਂ ਵੱਡੀ ਗੱਲ ਰੰਗ, ਹਾਂਜੀ, ਬਾਕੀ ਸੁਨੱਖਾਪਣ, ਹਾਂਜੀ, ਤੇ ਬਾਕੀ ਟੌਰ ਹੀ ਵੱਖਰੀ ਆ ਹਾਲੈਂਡ ਦੀ। ਠੀਕ ਹੈ ਜੀ, ਤਾਂ ਕਰਕੇ ਮਤਲਬ ਹਾਂ ਹਾਂ। ਤੇ ਰੰਗ, ਠੀਕ ਹੈ ਜੀ, ਇਹ ਆਪਾਂ ਕਿਤਨੇ ਲੈ ਕੇ ਆਂਦਾਗਾ? ਅੱਜ ਹੀ ਲਿਆਂਦਾ ਜੀ, 10ਵੀਂ। ਠੀਕ ਹੈ ਜੀ, ਠੀਕ ਹੈ ਜੀ, ਬਾਬੇ ਵਾਲੇ ਦਿਨ ਤੇ ਮਤਲਬ ਲੈ ਕੇ ਆਉਂਦੇ? ਹਾਂਜੀ ਹਾਂ ਬਾਈ। ਠੀਕ ਹੈ ਜੀ, ਤੇ ਬਾਈ ਕਹਿੰਦਾ ਹਜੇ ਅੱਜ ਹੀ ਲੈ ਕੇ ਆਉਂਦਾਗਾ, ਤੇ ਆਪਾਂ ਬਾਈ ਦੀ ਸਨੈਪ ਦੇਖੀ ਸੀਗੀ, ਤੇ ਸਨੈਪ ਦੇਖ ਕੇ ਫਿਰ ਬਾਈ ਨੂੰ ਕਾਲ ਕੀਤੀ, ਫਿਰ ਆਪਾਂ ਮੈਂ ਚੱਲ ਆਪਾਂ ਵੀਡੀਓ ਬਣਾਉਂਦੇ ਹਾਂ। ਤੇ ਆਮ ਤੌਰ 'ਤੇ ਇਹ ਮਤਲਬ ਉੱਥੇ ਖੜਾ ਸੀ ਵੀਰੇ ਲੁਧਿਆਣੇ, ਨਹੀਂ ਲਾਂਡਰਾ ਦੇ ਲਵੇ ਡੀਪੂ ਆ ਇਹਨਾਂ ਦਾ। ਠੀਕ ਹੈ ਜੀ, ਮੈਂ ਕਿਹਾ ਉੱਥੇ ਲੁਧਿਆਣੇ ਵੀਰੇ ਉਹ ਨਹੀਂ ਲੱਗੀ ਹੁੰਦੀ ਜਿਵੇਂ ਮੇਲਾ ਹੁੰਦਾ, ਮੇਲੇ ਤੇ ਖੜਾ ਸੀਗਾ ਜੂਦੇ ਮੇਲੇ ਤੇ। ਹਾਂਜੀ ਹਾਂ, ਉੱਥੇ ਆਪਣੇ ਬੇਲਰ ਵੀ ਗਿਆ ਸੀ, ਮਾਸੀਓ ਕੰਪਨੀ ਦਾ, ਹਾਂਜੀ, ਤੇ ਆਪਣਾ ਰਾਊਂਡ ਬੇਲਰ ਉੱਥੇ ਉੱਥੇ ਗਿਆ ਹੋਇਆ ਗਿਆ ਸੀਗਾ। ਠੀਕ ਹੈ ਜੀ, ਇੱਥੇ ਵੀ ਉਰੇ ਮੇਲਾ ਲਾਇਆ ਸੀ, ਉਰੇ ਫੈਕਟਰੀਆਂ ਦਾ ਜਿਹੜੇ ਆਪਣੇ ਜਿਨ੍ਹਾਂ ਨੂੰ ਆਪਾਂ ਪਰਾਲੀ ਦਿੱਤੀ ਆ ਮਾਲ ਦਿੱਤਾ, ਹਾਂਜੀ, ਉਰੇ ਵੀ ਆਪਣੇ ਬੇਲਰ ਹੀ ਖੜਾਏ ਤੇ ਉਹਨਾਂ ਨੇ ਨਮਾਇਸ਼ ਤੇ ਲਾਉਣ ਨੂੰ। ਠੀਕ ਹੈ ਜੀ, ਤੇ ਬਾਕੀ ਮਿੱਤਰੋ ਆਪਾਂ ਹੁਣ ਤੁਹਾਨੂੰ ਸਾਰੀ ਡਿਟੇਲ ਜਾਣਕਾਰੀ ਦਿੰਦੇ ਹਾਂ ਟਰੈਕਟਰ ਬਾਰੇ। ਬਾਈ ਕਹਿੰਦਾ ਹਜੇ ਅੱਜ ਲੈ ਕੇ ਆਉਂਦਾ, ਮੈਨੂੰ ਘੱਟ ਪਤਾ, ਤੇ ਆਪਾਂ ਹੁਣ ਤੁਹਾਨੂੰ ਦੱਸ ਲਓ ਵੀ ਮਿੱਤਰੋ, ਹੁਣ ਤੁਹਾਨੂੰ ਆਪਾਂ ਇਕੱਲੀ ਇਕੱਲੀ ਗੱਲ ਬਾਰੇ ਦੱਸਦੇ ਹਾਂ ਵੀ ਕੀ ਇਹਦੇ ਲੱਗਿਆ ਹੋਇਆ। ਤੇ ਬਾਕੀ ਮੂਹਰੇ ਲੱਗੇ ਹੋਏ ਨੇ 6 ਵੇਟ, ਤੇ ਇਹ ਹੈਗੇ ਨੇ 30-30 ਕਿਲੋ ਦੇ। ਤੇ ਬਾਕੀ ਤੁਸੀਂ ਲੁੱਕ ਚੈੱਕ ਕਰੋ, ਜਿਹੜੇ ਦੇਖੋ ਸਟਿੱਕਰ ਜਿਹੜੇ ਨਵੇਂ ਆਏ ਨੇ ਹੁਣ। ਤੇ ਜੇ ਆਪਾਂ ਹੁਣ ਮੂਹਰਲੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰਲੇ ਟਾਇਰ ਹੈਗੇ ਇਹਦੇ 12-4-24 ਦੇ, ਤੇ ਪਿਛਲੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ ਪਿਛਲੇ ਟਾਇਰ ਹੈਗੇ 18-4-30 ਦੇ, ਤੇ 3 ਪਲੇਟਾਂ ਵੇਟ ਦੀਆਂ ਲੱਗੀਆਂ ਹੋਈਆਂ ਨੇ। ਵੇਟ ਹੈਗਾ ਗਾ 50-50 ਕਿਲੋ ਦਾ, 3 ਵੇਟਾਂ 50-50 ਕਿਲੋ ਦੀ ਲੱਗੀਆਂ ਨੇ, ਉੱਧਰ ਵੀ ਲੱਗੀਆਂ ਹੋਣ। ਚਲੋ ਜੇ ਆਪਾਂ ਇਹਦੀ HP ਦੀ ਗੱਲ ਕਰੀਏ ਤਾਂ ਇਹ 75 HP ਚ ਆਉਂਦਾ ਗਾ। ਉਹ ਆਪਾਂ PTO HP ਦੀ ਗੱਲ ਕਰੀਏ ਤਾਂ 69 HP ਦੀ ਇਹਦੀ PTO ਹੈਗੀ। ਇੱਧਰੋਂ ਪਿੱਛੋਂ ਚੈੱਕ ਕਰ ਸਕਦੇ ਹਾਂ, ਹੈਵੀ ਟਿਊਬਾਂ ਲੱਗੀਆਂ ਨੇ, ਤੇ ਡਬਲ ਡਿਸਟ੍ਰੀਬਿਊਟਰ ਹੈਗਾ, ਤੇ ਜੈਕ ਲੱਗਿਆ ਹੋਇਆ, ਜ਼ਿਆਦਾ ਇਹਦੇ ਨਾਲ ਆਪਾਂ ਵੇਟ ਚੱਕ ਸਕਦੇ ਹਾਂ। ਹੋਰ ਜੇ ਆਪਾਂ ਹਾਈਟ ਦੀ ਗੱਲ ਕਰੀਏ ਤਾਂ ਇਹਦੀ ਹਾਈਟ ਬਹੁਤ ਉੱਚੀ ਆ, ਦੇਖੋ ਉੱਚਾ, ਕਾਫੀ ਉੱਚਾ ਟਰੈਕਟਰ ਹੈ। ਮਿੱਤਰੋ ਜੇ ਆਪਾਂ ਗੱਲ ਕਰੀਏ ਤਾਂ 6 ਸਾਲ ਦੀ ਇਹਦੀ ਵਾਰੰਟੀ ਹੈਗੀ ਗੇਅਰ ਤੇ ਸਾਰੇ ਮਤਲਬ ਟਰੈਕਟਰ ਦੀ, ਤੇ ਟੀ ਵਾਰੰਟੀ ਮਤਲਬ ਥਰਡ ਪਾਰਟੀ ਵਾਰੰਟੀ ਹੈਗੀ ਇਹਦੀ 6 ਸਾਲ ਦੀ। ਇੱਧਰ ਲੱਗਿਆ ਹੈ ਡੀਜ਼ਲ ਫਿਲਟਰ, ਤੇ ਡੀਜ਼ਲ ਫਿਲਟਰ ਦੇ ਲੱਗਿਆ ਹੋਇਆ ਸੈਂਸਰ, ਜੇ ਮਤਲਬ ਕਚਰਾ ਆਊਗਾ ਫਿਲਟਰ ਦੇ ਵਿੱਚ ਕੋਈ ਤਾਂ ਉੱਧਰ ਮਤਲਬ ਡਿਸਪਲੇ ਤੇ ਆਜੂਗਾ ਵੀ ਹਾਂ ਆਪਣੇ ਤੇਲ 'ਚ ਕਚਰਾ ਗਾ। ਤੇ ਮਿੱਤਰੋ ਆ ਲੱਗੇ 2 ਡੀਜ਼ਲ ਫਿਲਟਰ। ਹੋਰ ਮਿੱਤਰੋ ਅਗਲੀ ਗੱਲ ਕਰੀਏ ਜੇ ਤਾਂ ਇਹਦੇ ਵਿੱਚ ਡਿਫੈਂਸ ਲੋਕ ਆ ਗਾ। ਬਾਕੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਸਾਰੀ ਬਾਡੀ ਨੂੰ ਆਪਾਂ ਕਵਰ ਕੀਤਾ ਇਹਨਾਂ ਨੇ, ਕੰਪਨੀ ਵਾਲਿਆਂ ਨੇ, ਦੇਖੋ ਪੂਰਾ ਐਨ ਜਾਲੀ ਲਾ ਕੇ, ਤੇ ਹੀਟ ਕੱਢ ਦਿੱਤੇ ਇਹਨੇ ਹੀਟ ਤੋਂ ਵੀ ਮਤਲਬ ਇੰਜਨ ਦੀ ਹੀਟ ਪੈਰਾਂ ਤੱਕ ਨਾ ਜਾ। ਮਿੱਤਰੋ ਉੱਪਰ ਵੀ ਜਾਲੀ ਦਿੱਤੀ ਹੋਈ ਆ ਤੇ ਇਹਦੇ ਅੰਦਰ ਡਰਾਈ ਏਅਰ ਕਲੀਨਰ ਹੈਗਾ। ਕਿ ਮਿੱਤਰੋ ਆ ਹਾਈਡਰੋਲਿਕ ਵਾਲਾ ਫਿਲਟਰ ਹੈਗਾ, ਬਹੁਤ ਦਿੱਤਾ ਹੈਗਾ, ਤੇ ਜਿਹੜਾ ਇਹ ਇੰਜਨ ਹੈਗਾ ਮੇਡ ਇਨ ਟਰਕੀ ਹੈ। ਹੁਣ ਤੁਹਾਨੂੰ ਆਪਾਂ ਇੰਜਨ ਦਿਖਾਉਂਦੇ ਆ, ਤੇ ਆਹ ਦੇਖੋ ਆਹ ਲੱਗੀ ਹੈ ਟਰਬੋ, ਤੇ ਬਾਕੀ ਅੰਦਰ ਹੀਟ ਸ਼ੀਟ ਲੱਗੀ ਹੋਈ ਆ ਜਿਹੜੀ ਹੀਟ ਨੂੰ ਮਤਲਬ ਵਿੱਚ ਨਹੀਂ ਇਹਦੇ ਜਾਣ ਨਹੀਂ ਦਊਗੀ, ਸ਼ੋ ਖਰਾਬ ਨਹੀਂ ਹੋਊਗੀ, ਮਤਲਬ ਇਹ ਅਬਜ਼ਰਵ ਕਰ ਲੂਗੀ। ਤੇ ਇੱਧਰ ਵੀ ਲੱਗੀ ਹੈ ਦੇਖੋ, ਤੇ ਬਾਕੀ ਆਹ ਟਰਬੋ ਹੈਗੀ, ਤੇ ਬਾਕੀ ਪੂਰਾ ਐਨ ਗੁੰਦਿਆ ਪਿਆ ਗਿਆ ਇੰਜਨ।
ਤੇ ਕਹਿੰਦੇ ਇਹਦੇ ਵਿੱਚ ਇੱਕ ਕਮੀ ਹੈਗੀ, ਉਹ ਕਮੀ ਇਹ ਹੈਗੀ ਵੀ ਇਹਦਾ ਜਿਹੜਾ ਆਗਾ ਇਹ ਸਹੀ ਨਹੀਂ ਹੈਗਾ, ਮਤਲਬ ਪਲੇਟਫਾਰਮ ਸਹੀ ਨਹੀਂ ਹੈਗਾ। ਤੇ ਬਾਕੀ ਤੁਹਾਨੂੰ ਉੱਪਰੋਂ ਦਿਖਾ ਦਿੰਦੇ ਆ, ਕਲਸਟਰ ਤੁਹਾਨੂੰ ਆਪਾਂ ਚੈੱਕ ਕਰਾਉਂਦੇ ਆ। ਤੇ ਆਹ ਸੀਗਾ ਇਹਦੇ ਮੋਡ, ਈਕੋ ਈਕੋ ਪਲੱਸ। ਮਿੱਤਰੋ ਬਹੁਤ ਹੀ ਆਰਾਮਦਾਇਕ ਸੀਟ ਹੈਗੀ ਵਿਦ ਆਰਮ ਰੈਸਟ, ਤੇ ਨਾਲ ਹੀ ਸੀਟ ਬੈਲਟ ਦਿੱਤੀ ਹੈ ਦੇਖੋ। ਤੇ ਮਿੱਤਰੋ ਹੁਣ ਤੁਹਾਨੂੰ ਆਪਾਂ ਆਵਾਜ਼ ਸੁਣਾਉਂਦੇ ਟਰੈਕਟਰ ਦੀ, ਤੇ ਕਿਵੇਂ ਆ ਕਰਿਓ ਵੀਰੇ। ਤੇ ਦੇਖੋ ਜਮਾਂ ਸਾਇਲੈਂਟ ਆ ਨਾ ਇੰਜਣ ਵੀ, ਤੇ ਬਹੁਤ ਆਵਾਜ਼ ਤਾਂ ਮੈਨੂੰ ਲੱਗਦਾ ਆਉਂਦੀ ਨਹੀਂ ਹੋਣੀ। ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਜਾਣਦੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਕਿਉਂਕਿ ਆਪਾਂ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਹੋਲੈਂਡ ਲਵਰ ਵੀਡੀਓ ਨੂੰ ਲਾਈਕ ਕਮੈਂਟ ਦੱਬ ਕੇ ਕਰ ਦਿਓ, ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਸਬਸਕ੍ਰਾਈਬ ਕਰ ਦਿਓ। ਅਤੇ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਓਕੇ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ।